ਬੀਬੀ ਸੁਰਜੀਤ ਕੌਰ ਹੋਣੀ ਲਗਾਤਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤੇ ਉਹਨਾਂ ਦੇ ਨਾਲ ਬੀਬੀ ਜਗੀਰ ਕੌਰ, ਬੀਬੀ ਜਗੀਰ ਕੌਰ ਹੋਣੀ ਔਰ ਨਾਲ ਉਹਨਾਂ ਦੇ ਬੀਬੀ ਸੁਰਜੀਤ ਕੌਰ ਹੋਣੀ, ਤਾਂ ਕਿ ਘਰ ਘਰ ਤੱਕ ਆਪਦਾ ਸੁਨੇਹਾ ਪਹੁੰਚਾਇਆ ਜਾ ਸਕੇ। ਤਾਂ ਕੀ ਇਸ ਸਿਆਸੀ ਜੰਗ ਦੇ ਵਿੱਚ ਹਾਲਾਤ ਰਹਿਣਗੇ ਇਹ ਸਮਾਂ ਦੱਸੇਗਾ। ਬੀਬੀ ਸੁਰਜੀਤ ਕੌਰ ਹੋਰੀ ਵੀ ਆ ਗਏ ਨੇ। ਬੀਬੀ ਜੀ, ਮੈਂ ਵੇਖ ਰਿਹਾ ਕਿ ਲਗਾਤਾਰ ਇਸ ਚੋਣ ਜੰਗ ਦੇ ਵਿੱਚ ਨਿਤਰੇ ਹੋਏ ਹੋ ਔਰ ਬੀਬੀ ਜਗੀਰ ਕੌਰ ਹੋਣਾਂ ਦਾ ਤੁਹਾਨੂੰ ਸਾਥ ਮਿਲ ਰਿਹਾ, ਲੋਕਾਂ 'ਚ ਜਾ ਰਹੇ ਹੋ, ਕੀ ਹਾਲਾਤ ਲੱਗਦੇ ਨੇ? ਬਹੁਤ ਵਧੀਆ ਹਾਲਾਤ ਨੇ ਸਾਡੇ, ਬਹੁਤ ਸੰਯੋਗ ਮਿਲ ਰਿਹਾ। ਸਾਡੇ ਪਾਰਟੀਆਂ ਦੇ ਆਏ ਨੇ ਦੂਰੋਂ ਨੇੜੇ, ਸਾਰੇ ਸੱਜਣ ਮਿੱਤਰ ਸਾਰੇ ਸਾਡੀ ਪਾਰਟੀਆਂ ਦੇ, ਸੰਯੋਗ ਬਹੁਤ ਵਧੀਆ ਸਾਨੂੰ ਮਿਲ ਰਿਹਾ। ਅੱਛਾ ਬੀਬੀ ਜੀ, ਇੱਕ ਚੀਜ਼ ਹੈ ਕਿ ਮੈਂ ਦੇਖਿਆ ਵੀ ਪਹਿਲਾਂ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਚਿਹਰੇ ਤੇ ਘਬਰਾਹਟ ਜੀ ਸੀ ਕਾਫੀ, ਅੱਜ ਤੁਹਾਡੇ ਚਿਹਰੇ ਤੇ ਹਲਕੀ ਜੀ ਸਮਾਈਲ ਵੀ ਆ, ਕੀ ਕਹਿੰਦੀ ਹੈ, ਕੀ ਹੌਸਲਾ ਅੱਜ ਕਿ ਤੁਹਾਨੂੰ ਜਦੋਂ ਜਦਨੇ ਹੋ ਤਾਂ ਕਿਸ ਤਰ੍ਹਾਂ ਦੇ ਹਾਲਾਤ ਲੱਗਦੇ ਆ ਕਿ ਜਿਹਨੇ ਤੁਹਾਡੇ ਚਿਹਰੇ ਤੇ ਸਮਾਈਲ ਲਿਆਂਦੀ? ਮੇਰੇ ਨਾਲ ਭਾਈਚਾਰਾ ਨਾਲ ਹੈ, ਮੈਨੂੰ ਥਾਂ ਮੁਕਤਸਰ ਭਾਈਚਾਰਾ ਸਾਡੇ ਪਾਰਟੀ ਦੇ ਸਾਰੇ ਮੇਰੇ ਨਾਲ ਨੇ, ਇਸ ਕਰਕੇ ਮੈਂ ਖੁਸ਼ ਹਾਂ। ਅੱਛਾ ਕੀ ਲੱਗਦਾ ਹਾਲਾਤ ਕੀ ਰਹਿਣਗੇ ਜੀ, ਕਿਉਂਕਿ ਮੁਕਾਬਲਾ ਦੇਖੋ ਇੱਕ ਪਾਸੇ ਪੂਰੀ ਸਰਕਾਰ ਹੈ, ਦੂਜੇ ਪਾਸੇ ਕਾਂਗਰਸ ਵਾਲੇ ਸਾਰੇ ਆਗੂ ਜਿਹੜੇ ਨੇ ਪ੍ਰਧਾਨ ਤਿੱਕਰ MP ਤਿੱਕਰ ਸਾਰੇ ਮੈਦਾਨ 'ਚ ਨੇ ਤੇ BJP ਵਾਲੇ ਕਹਿੰਦੇ ਸਾਡੀ ਕੇਂਦਰ 'ਚ ਹੈ, ਜ਼ੋਰ ਉਹ ਵੀ ਪੂਰਾ ਲਾ ਰਹੇ ਆ। ਤਾਂ ਕੀ ਲੱਗਦਾ ਇਸ ਹਾਲਾਤ ਦੇ ਵਿੱਚ ਟੱਕਰ ਦੇਣੀ ਛੋਟੀ ਗੱਲ ਨਹੀਂ ਹੈ? ਅਸੀਂ ਪਹਿਲੇ ਵੀ ਡਟੇ ਸੀ, ਹੁਣ ਵੀ ਡਟਾਂਗੇ, ਆਪਣੀ ਅਕਾਲੀ ਦਲ ਜਿੰਦਾਬਾਦ ਰੱਖਾਂਗੇ। ਅਕਾਲੀ ਦਲ ਜਿੰਦਾਬਾਦ ਰੱਖਾਂਗੇ। ਬੀਬੀ ਜਗੀਰ ਕੌਰ ਹੋਣੀ, ਮੋਰਚਾ ਕਹਿੰਦੇ ਆ ਕਿ ਚੋਣ ਬੇਸ਼ੱਕ ਬੀਬੀ ਸੁਰਜੀਤ ਕੌਰ ਲੜ ਰਹੇ ਨੇ ਪਰ ਮੋਰਚਾ ਬੀਬੀ ਜਗੀਰ ਕੌਰ ਹੋਣੇ ਲਾਇਆ। ਬੀਬੀ ਜੀ, ਮੋਰਚਾ ਲਾਇਆ ਹੋਇਆ ਪਰ ਮੈਂ ਜਿਵੇਂ ਜਿਹੜਾ ਸਵਾਲ ਇਹਨਾਂ ਨੂੰ ਕੀਤਾ ਸੀ ਉਹਦਾ ਜਵਾਬ ਤੁਹਾਡੇ ਤੋਂ ਲੈਣਾ ਹੈ ਕਿ ਮੁਕਾਬਲਾ ਪੂਰੀ ਸਰਕਾਰ ਉਧਰ ਆਪੋਜੀਸ਼ਨ ਤੇ ਕੇਂਦਰ ਵਾਲੇ ਸਾਰਿਆਂ ਨਾਲ ਹੈ? ਦੇਖੋ, ਲੋਕ ਸ਼ਕਤੀ ਦੇ ਅੱਗੇ ਕੋਈ ਡਿੱਗਜ ਨਹੀਂ ਹੁੰਦਾ, ਕੋਈ ਵੱਡੀਆਂ ਤਾਕਤਾਂ ਨਹੀਂ ਹੁੰਦੀਆਂ। ਜੋ ਲੋਕ ਸ਼ਕਤੀ ਜਿਸ ਪਾਸੇ ਵੱਲ ਹੋਣ ਉਹੀ ਹਮੇਸ਼ਾ ਅੱਗੇ ਲੰਘਦਾ। ਮੈਂ ਸਮਝਦੀ ਹਾਂ ਕਿ ਜੰਗ ਦੇ ਮੈਦਾਨ ਵਿੱਚ ਆਉਣਾ ਹੀ ਬੜੀ ਵੱਡੀ ਗੱਲ ਹੁੰਦੀ ਹੈ। ਜਿਹੜਾ ਬੰਦਾ ਕੁਰਬਾਨੀ ਲਈ ਆਉਂਦਾ ਨਾ, ਜਿਹੜਾ ਸ਼ਹੀਦ ਹੋਣਾ ਹੁੰਦਾ, ਇਹ ਸਮਝ ਲਓ ਕਿ ਉਹ ਇੱਕ ਅਣਖ ਤੇ ਗੈਰਤ ਰੱਖਦਾ। ਇਹ ਲੋਕ ਜਿਹੜੇ ਪੈਸੇ ਦੇ ਸਿਰ ਤੇ ਆਉਣਗੇ, ਇਹ ਕਿਸੇ ਤਾਕਤ ਦੇ ਸਿਰ ਤੇ ਆਉਣਗੇ, ਲੇਕਿਨ ਅਸੀਂ ਲੋਕਾਂ ਦੀ ਤਾਕਤ ਵਿੱਚ ਆਵਾਂਗੇ। ਇੱਕ ਜਦੋਂ ਕਹਿੰਦੇ ਕਿ ਕੁਝ ਜੰਗਾਂ ਤਾਂ ਉਦੋਂ ਲੜੀਆਂ ਜਾਂਦੀਆਂ ਕਿ ਜਦੋਂ ਦਿਖਦਾ ਕਿ ਸਾਹਮਣੇ ਵਾਲੀ ਫੌਜ ਤੇ ਅਸੀਂ ਭਾਰੀ ਪਾਵਾਂਗੇ, ਪਰ ਇਹ ਜੰਗ ਕੁਝ ਵੱਖਰੀ ਆ ਕਿਉਂਕਿ ਤੁਹਾਨੂੰ ਪਾਰਲੀਮੈਂਟ ਚੋਣਾਂ ਦੇ ਵਿੱਚ ਮਹਿਜ 2600 ਵੋਟ ਪਈ ਇਸ ਹਲਕੇ ਦੇ ਵਿੱਚ ਔਰ 1,70,000 ਪੌਣੇ 2 ਲੱਖ ਦੇ ਕਰੀਬ ਵੋਟ ਦੇ ਵਿੱਚ ਮਹਿਜ 2600 ਵੋਟ ਤੁਹਾਨੂੰ ਪਈ, ਪਰ ਫਿਰ ਵੀ ਇਸ ਮੈਦਾਨ ਦੇ ਵਿੱਚ ਨਿਤਰਨਾ? ਮੈਦਾਨ ਵਿੱਚ ਭੱਜ ਜਾਣਾ ਜਿਹੜਾ ਹੁੰਦਾ ਨਾ, ਉਹਦੀ ਕਾਇਰਤ ਆ, ਤੇ ਮੈਦਾਨ ਵਿੱਚ ਡਟ ਕੇ ਰਹਿਣਾ ਜਿਹੜਾ ਹੁੰਦਾ ਨਾ, ਉਹ ਹੁੰਦੀ ਹੈ ਅਸਲੀ ਸੁਰਮਿਆਂ ਦੀ ਗੱਲ। ਅਸੀਂ ਮੈਦਾਨ 'ਚ ਡਟੇ ਹਾਂ ਔਰ ਮੈਨੂੰ ਵਿਸ਼ਵਾਸ ਹੈ ਪੂਰਾ ਕਿ ਲੋਕ ਜਿਹੜੇ ਆ ਉਹਨਾਂ ਲੋਕਾਂ ਨੂੰ ਵੋਟ ਪਾਉਂਦੇ ਆ ਜਿਹੜੇ ਅਣਖ ਤੇ ਗਲਤ ਦੇ ਵਾਰਸ ਹੋਣ, ਜਿਹੜੇ ਕਿਸੇ ਇਮਾਨਦਾਰੀ ਨਾਲ ਜ਼ਿੰਦਗੀ ਜੀਵੇ ਹੋਣ। ਸਰਦਾਰ ਜਥੇਦਾਰ ਪ੍ਰੀਤਮ ਸਿੰਘ ਜੀ ਇਹਨੇ ਸਾਰੀ ਜ਼ਿੰਦਗੀ ਲੋਕਾਂ 'ਚ ਰਹੇ, ਲੋਕ ਇਕੱਲਾ ਇਕੱਲਾ ਨੂੰ ਜਾਣਦਾ ਔਰ ਇਕੱਲਾ ਇਕੱਲਾ ਕਹਿੰਦਾ, ਇੱਕ ਵੀ ਨਹੀਂ ਤੁਹਾਨੂੰ ਕਹੇਗਾ ਕਿ ਜਦੋਂ ਪ੍ਰੀਤਮ ਸਿੰਘ ਨੇ ਸੇਵਾ ਕੀਤੀ ਸਾਨੂੰ ਕਦੇ ਲੁੱਟਿਆ, ਕਦੇ ਕੁੱਟਿਆ, ਕਦੇ ਜਾਣ ਦਿੱਤਾ, ਭਾਈਚਾਰੇ ਨੂੰ ਇੰਨਾ ਪਿਆਰ ਕੀਤਾ ਔਰ ਸਾਰਾ ਜ਼ਿਲ੍ਹਾ ਜਾਣਦਾ ਨੂੰ, ਸਾਰਾ ਜਿਹੜਾ ਸ਼ਹਿਰ ਹੈ ਉਹ ਜਾਣਦਾ ਨੂੰ। ਜਦੋਂ ਪ੍ਰੀਤਮ ਸਿੰਘ ਦੇ ਘਰ ਉੱਚੇ ਸਦਾ ਪ੍ਰਕਾਸ਼ ਦੇ ਬਾਦਲ ਹੁੰਦੇ ਹੁੰਦੇ ਸੀ, ਉੱਥੋਂ ਟੈਲੀਫੋਨ ਕਰਕੇ ਉਹਨੇ ਕਹਿਣਾ ਮੈਂ ਆ ਰਿਹਾ ਕਾਕਾ ਇਕੱਠ ਕਰ ਦਿਓ, ਮੇਰਾ ਖਿਆਲ ਇੱਕ ਆਵਾਜ਼ ਮਾਰਦਾ ਸੀਗਾ, ਇੱਥੇ ਹਜ਼ਾਰਾਂ ਦਾ ਇਕੱਠ ਹੋ ਜਾਂਦਾ ਸੀਗਾ। ਸੋ ਅੱਜ 'ਚ ਉਹ ਚਲੇ ਗਏ ਨੇ, ਲੋਕੀ ਸਭ ਕੁਝ ਜਾਣਦੇ ਆ ਔਰ ਉਹਦੀ ਅਣਖ ਤੇ ਗੈਰਤ ਦੇ ਭਰੇ ਹੋਏ ਲੋਕ ਨੇ। ਠੀਕ ਹੈ ਕਿ ਅੱਜ ਸਾਡੇ ਲੋਕ ਕੁਝ ਮਜ਼ਾਕ ਉਡਾਉਂਦੇ ਆ, ਗਰੀਬ ਨੂੰ ਟਿਕਟ ਦੇ ਦਿੱਤੀ, ਗਰੀਬ ਨੂੰ ਟਿਕਟ ਦੇ ਦਿੱਤੀ, ਇਹਦਾ ਮਤਲਬ ਗਰੀਬ ਹੋਣਾ ਪਾਪ ਹੈ? ਜੇ ਗਰੀਬ ਦੇ ਅੰਦਰ ਜ਼ਮੀਰ ਜਾਗਦੀ ਹੈ ਤੇ ਉਹ ਪਾਪ ਨਹੀਂ ਹੈ, ਉਹ ਅਣਖ ਦੇ ਗੈਰਤ ਵਿੱਚ ਹਮੇਸ਼ਾ ਅੱਗੇ ਵਧੇਗਾ। ਮੈਂ ਸਮਝਦੀ ਹਾਂ ਕਿ ਬੀਬੀ ਸੁਰਜੀਤ ਕੌਰ ਦੇ ਨਾਲ ਸਾਰੇ ਚਟਾਨ ਵਾਂਗੂ ਖੜੇ ਆ, ਸਾਡੇ ਰਾਜਪਾਲ ਵੀ ਦਿਨ ਰਾਤ ਇੱਕ ਕੀਤਾ ਹੋਇਆ, ਪਟਿਆਲੇ ਤੋਂ ਆਏ ਆ, ਕੋਈ ਬਠਿੰਡੇ ਤੋਂ ਆਏ ਆ, ਸਾਰਾ ਭਾਈਚਾਰਾ ਬਠਿੰਡੇ ਤੋਂ ਆ ਕੇ ਬੈਠਾ। ਅੱਛਾ ਬੀਬੀ ਜੀ, ਆਖਰੀ ਸਵਾਲ ਆ, ਇਹ ਜੰਗ
ਜਿੱਤਣ ਲਈ ਲੜ ਰਹੇ ਹੋ? ਦੇਖੋ ਜਿੱਤ ਤੁਰਦਾ ਬੰਦਾ ਜਿੱਤ ਲਈ ਹੈ, ਹੁਣ ਜਦੋਂ ਜੰਗ ਚ ਜਾਂਦੇ ਆ ਸ਼ਹੀਦ ਹੋ ਜਾਂਦੇ ਆ, ਅਣਖ ਦੀ ਖਾਤਰ ਮਰ ਵੀ ਜਾਂਦੇ ਆ, ਕੁਰਬਾਨ ਵੀ ਹੋ ਜਾਂਦੇ ਆ, ਜੰਗਾਂ ਜਿੱਤਣ ਲਈ ਨਹੀਂ ਲੜੀਆਂ ਜਾਂਦੀਆਂ, ਅਣਖ ਤੇ ਗੈਰਤ ਨੂੰ ਜਿਉਂਦਾ ਰੱਖਣ ਵਾਸਤੇ ਲੜੀਆਂ ਜਾਂਦੀਆਂ।